ਦੱਸੋ ਜਿਵੇਂ ਤੁਸੀਂ ਆ ਦਿਓ ਕਰ ਲਓ, ਜਿਵੇਂ ਇਹਨਾਂ ਦੀ ਮਰਜ਼ੀ ਕਰ ਲਓ ਆਓ ਜੀ। ਮੈਂ ਕੀ ਕਹੂੰਗਾ ਜੀ, ਉਹ ਤਾਂ ਉਹਨਾਂ ਦੀ ਮਰਜ਼ੀ ਹੈ, ਕੋਈ ਕਿਸੇ ਨਾਲ ਗੱਠਜੋੜ ਕਰੇ, ਕੋਈ ਕਿਸੇ ਨੂੰ ਖੜਾ ਕਰੇ, ਇਹ ਤਾਂ ਉਹਨਾਂ ਪਾਰਟੀਆਂ ਦਾ ਫੈਸਲੇ ਹੁੰਦੇ ਆ, ਉਹ ਤਾਂ ਦੂਜੀ ਪਾਰਟੀ ਉਹਦੇ 'ਚ ਕੀ ਕਰ ਸਕਦੀ ਹੈ, ਤਾਂ ਉਹਨਾਂ ਦਾ ਆਪਦਾ ਫੈਸਲਾ। ਉਸੇ ਤਰ੍ਹਾਂ ਟਕਸਾਲੀ ਦਾ ਤੇ ਕਿਸੇ ਨਾਲ ਚੱਲ ਨਹੀਂ ਰਿਹਾ, ਗੱਠਜੋੜ ਨਹੀਂ ਹੋ ਰਿਹਾ, ਉਹ ਕਹਿੰਦੇ ਅਸੀਂ ਇੱਥੋਂ ਲੜਾਂਗੇ। ਮੈਂ ਕੁਛ ਨਹੀਂ, ਇੱਕ ਪਤਾ ਨਹੀਂ ਟਕਸਾਲੀ ਸਾਰੇ ਟਕਸਾਲੀਆਂ ਵੀ ਟਕਸਾਲੀ ਖੜਾ, ਟਕਸਾਲੀ ਕਦੇ ਉਹ ਨਹੀਂ ਹੁੰਦੇ ਜਿਹੜੇ ਆਪਣੀ ਮਾਂ ਪਾਰਟੀ ਨੂੰ ਛੱਡਦੇ, ਉਹ ਟਕਸਾਲੀ ਨਹੀਂ ਹੁੰਦੇ। ਟਕਸਾਲੀ ਉਹ ਹੁੰਦੇ ਆ ਜਿਹੜੇ ਔਖੇ ਤੋਂ ਔਖੇ ਵੇਲੇ ਵੀ ਪਾਰਟੀ ਦਾ ਸਾਥ ਦੇਣ। ਇਹ ਕਿਵੇਂ ਪ੍ਰੋਪਰ ਟਕਸਾਲੀ ਟਕਸਾਲੀ ਦੇ ਕਵਰ ਜੀ ਸਿੰਘ ਨੇ ਕਿਹਾ ਵੀ ਜਿਹੜੀ ਸਿੱਟ ਦੀ ਰਿਪੋਰਟ ਨੂੰ ਰਾਜਨੀਤੀ ਰਾਜਨੀਤੀ ਰੂਪ ਦਿੱਤਾ ਜਾ ਰਿਹਾ, ਉਹ ਤਾਂ ਪਤਾ ਹੀ ਹੈ ਜੀ, ਉਹਦੇ 'ਚ ਕੀ ਆਖਣਾ। ਵੇਖੋ ਹੁਣ ਮੰਤਾਰ ਦਾ ਵਿਚਾਰੇ ਦਾ ਕੀ ਕਸੂਰ ਹੈ, ਤੁਸੀਂ ਦੱਸੋ ਨਾ, ਐਵੇਂ ਫੜ ਕੇ ਇਹੋ ਜਿਹੇ ਕਰੀ ਜਾਂਦੇ, ਕਿ ਇਹ ਵੰਡੇਟਾ ਹੈ, ਇਹ ਜਦੋਂ ਦੀ ਪਹਿਲਾਂ ਵੀ ਸਰਕਾਰ ਬਣੀ ਹੈ ਉਦੋਂ ਵੀ ਇਹ ਵੰਡੇਟਾ ਹੀ ਕਰਦੇ ਰਹੇ ਹੈ ਸਾਨੂੰ ਸਾਰਿਆਂ ਨੂੰ, ਮੇਰੀ ਨੂੰ, ਮੈਨੂੰ, ਸੁਖਬੀਰ ਨੂੰ, ਮੇਰੀ, ਚਲੋ ਸਾਡਾ ਤਾਂ ਕੋਈ ਨਹੀਂ, ਸਾਡਾ ਤਾਂ ਕੋਈ ਫਰਕ ਨਹੀਂ ਪੈਂਦਾ, ਮੇਰੀ ਵਾਈਫ ਨੂੰ ਵੀ ਪਰਚੇ 'ਚ ਦਿੱਤਾ ਸੀ। ਇਹ ਕੋਈ ਤਰੀਕੇ ਨਹੀਂ ਹੁੰਦੇ। ਅਸੀਂ ਇੱਕ ਦਸ ਦਿਨ ਜਿੰਨਾ ਚਿਰ ਮੈਂ ਰਿਹਾ ਕਿਸੇ ਨੂੰ ਥੋੜ੍ਹੀ ਘਣੀ ਵੀ ਤੰਗੀ ਹੋਈ ਹੈ ਸਮਾਂ, ਜੇ ਕੋਈ ਗਲਤ ਵੀ ਸੀ ਉਹਨੂੰ ਵੀ ਮਾਫ ਕਰ ਸਕਦੇ, ਚਲ ਛੱਡੋ ਆਪਾਂ ਨਹੀਂ ਇਹ ਕੰਮ ਕਰਨਾ। ਚੰਗਾ ਗੁਰੂ ਧਾਮ ਸੀ ਇਤਿਹਾਸਿਕ ਸ਼ਹਿਰ ਸੀ, ਉਹਨਾਂ ਦੇ ਬੜੇ ਬੁਰੇ ਹਾਲ ਹੈ, ਜਿਸ ਤਰ੍ਹਾਂ ਜਿਹੜੇ ਗੁਰੂ ਧਾਮ ਸੀ ਆਪਣੇ ਜੀ ਇਤਿਹਾਸਿਕ ਸ਼ਹਿਰ ਬੜੇ ਬੁਰੇ ਹਾਲ ਹੈ ਸਰ, ਕਿਹਦੀ ਦੁਨੀਆ ਕਿਹਨੂੰ ਮੰਨਦੇ ਸਰ? ਵੇਖੋ ਇਤਿਹਾਸਿਕ ਹੋਵੇ ਦੂਜਾ ਸ਼ਹਿਰ ਹੋਵੇ, ਇਹ ਤਾਂ ਗੌਰਮੈਂਟ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਾਂ ਉੱਥੋਂ ਦੀ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਹੈ, ਮਤਲਬ ਇਹ ਤਾਂ ਨਹੀਂ ਕੋਈ ਇਤਿਹਾਸਿਕ ਅਤੇ ਸਾਰੇ ਸ਼ਹਿਰ ਜਿਹੜੇ ਹੈ। ਅਤੇ ਅਸੀਂ ਤਾਂ ਮਤਲਬ ਆਪਣੇ ਇਤਿਹਾਸ ਨੂੰ ਇੰਨੀਆਂ ਯਾਦਗਾਰਾਂ ਬਣਾਈਆਂ ਜਿਹਦਾ ਹਿਸਾਬ ਹੀ ਕੋਈ ਨਹੀਂ, ਅਤੇ ਚਲੋ ਸਾਡੀ ਡਿਊਟੀ ਸੀ, ਕੋਈ ਕੋਈ ਅਸਾਨ ਨਹੀਂ ਕਰਦੇ। ਚੰਗਾ ਬਾਬਾ, ਸਿੱਧੂ ਕਹਿੰਦੇ ਆ ਵੀ ਮੈਨੂੰ ਚੰਡੀਗੜ੍ਹ ਤੋਂ ਟਿਕਟ ਦਿਓਗੇ ਤਾਂ ਮੈਂ ਉੱਥੋਂ ਹੀ ਲੜੂੰਗੀ, ਮੈਂ ਕਿਤੇ ਹੋਰ ਨਹੀਂ ਲੜਨੀ, ਤੁਸੀਂ ਤੁਹਾਡਾ ਕੀ ਕਹਿਣਾ? ਕਾਕਾ ਆਪਾਂ ਉਹ ਸਵਾਲ ਪੁੱਛਦੇ ਹਾਂ ਜਿਹੜਾ ਕੋਈ ਯਾਦਾ ਹੈ, ਇਹ ਤਾਂ ਉਹਨੂੰ ਪਤਾ, ਉਹ ਕੋਈ ਮੱਲੋ ਮੱਲੀ ਤਾਂ ਨਹੀਂ ਉਹਨੂੰ, ਉਹ ਤਾਂ ਕਾਂਗਰਸ ਨੇ ਫੈਸਲਾ ਕਰਨਾ ਜਿਹਨੂੰ ਮਰਜ਼ੀ ਦੇਣ। ਕਰ ਲੈਣ ਜਿਹਨੂੰ ਮਰਜ਼ੀ, ਇਹ ਤਾਂ ਦੇਖੋ ਇਹ ਸਿੱਟ ਕੋਈ, ਇਹ ਤਾਂ ਇਹੀ ਹੈ ਕਿ ਬਣਾਈ ਇਸ ਕਰਕੇ ਸੀ ਕਿ ਇਹ ਸਾਡੇ ਨੂੰ ਕੋਈ, ਸਾਨੂੰ ਕੋਈ ਪ੍ਰੋਬਲਮ ਸਾਡੇ ਬੰਦੇ ਨੂੰ ਪਾਉਣ, ਜਿਵੇਂ ਮੰਤਾਰ ਨੂੰ ਪਾਇਆ, ਹੋਰ ਪਾਇਆ, ਇਹ ਤਾਂ ਮਤਲਬ ਜਿਹੜਾ ਸੀ ਪਤਾ ਹੀ ਸੀ ਸਾਨੂੰ ਤਾਂ ਜਿਹੜਾ। ਚੰਗਾ ਜੀ।